Była wyciągnięta do żony, chyba miałem miejsce. سکون نال سن تین سناوا مجلس کی ہوتی
Bye.
ਨੂੰ ਮੰਨੇ ਉਹਨਾਂ ਨਾਲ ਮੰਨੇ। ਮੈਂ ਝਗੜੇ ਦੀ ਗੱਲ ਕਾਈ ਨਹੀਂ, ਜਿਹੜੇ ਪਿਆਰੇ ਮਿਲਦੇ ਨੇ ਉਹਦਾ ਹੀ ਮੰਨੇ। ਜਿਹੜਾ ਸ਼ੇਰ ਮੈਂ ਹੁਣ ਪੜਦਾ ਇਹੋ ਤਾਂ ਪੜਨ ਵਾਸਤੇ ਮੈਂ ਕਸੀਦਾ ਸ਼ੁਰੂ ਕੀਤਾ। ਦਰਬਾਰ ਪਹੁੰਚ ਗਏ ਸਿੱਧਾ, ਯਜ਼ੀਦ ਬੜਾ ਖੁਸ਼ ਬੈਠਾ, ਯਾਦ ਬੈਠਾ ਹੋ ਗਈ ਮੇਰੀ ਫਤਿਹ, ਮੈਂ ਸਾਰੇ ਸ਼ਗਨ ਮਰਾ ਦਿੱਤੇ, ਸਹੀ ਆਜ਼ਾਦੀਆਂ ਕੈਦ ਕਰਾ ਦਿੱਤੀਆਂ, ਹੁਣ ਮੇਰੀ ਹਕੂਮਤ ਨੂੰ ਕੋਈ ਖਤਰਾ ਨਹੀਂ, ਮੈਂ ਜੀਤ ਗਿਆ। ਉਸ ਲਈ ਇਹ ਆਖਿਆ ਅੱਜ ਮੇਰੇ ਬਜ਼ੁਰਗ ਹੁੰਦੇ ਕਹਿੰਦੇ ਉਹ ਤੇ ਬਦਲ ਵਾਲੇ, ਮੈਂ ਕਿਵੇਂ ਬਦਲਾ ਲਿਆ ਹੈ ਨਹੀਂ ਹੋ। ਉਸ ਬਕਵਾਸ ਕੀਤਾ ਅੱਜ ਉਹ ਵੇਖਦੇ ਤੇ ਉਹਨਾਂ ਦੀ ਅੱਖੀ ਠਰੇਗਾ। ਇਹ ਬਕਵਾਸ ਕੀਤਾ ਕਣ ਦੇ ਪਿੱਛੋਂ, ਜਿਹੜਾ ਮੈਂ ਫਿਜ਼ਾ ਦੀ ਕਣ ਦੇ ਪਿੱਛੋਂ ਫਰਮਾਇਆ ਖਬਰਦਾਰ ਹਾਰ ਚੁੱਕੇ, ਹਾਰ ਚੁੱਕੇ। ਅਤੇ ਮੈਂ ਕਿਵੇਂ ਹਾਰਿਆ? ਫਰਮਾਇਆ ਹੁਣੇ ਥੋੜੀ ਦੇਰ ਬਾਅਦ ਸਾਡੀ ਫਤਿਹ ਦਾ ਐਲਾਨ ਹੋਣ ਵਾਲਾ ਹੈ। ਮੁਅਜ਼ਿਨ ਅਜ਼ਾਨ ਆਖੀ ਵਿੱਚ ਦੋ ਦਫਾ ਕਹਿੰਦਾ ਅਸ਼ਹਦੁ ਅੰਨਾ ਮੁਹੰਮਦ ਰਸੂਲੁਲਲਾਹ। ਬੀਬੀ ਫਰਮਾਇਆ ਸੁਣ, ਤੇਰੀ ਫਤਿਹ ਜਾਂ ਮੇਰੀ ਫਤਿਹ? ਇਹ ਐਲਾਨ ਚ ਨਾਮ ਤੇਰੇ ਨਾਮ ਦਾ ਜਾਂ ਮੇਰੇ ਨਾਮ ਦਾ? ਮੈਂ ਜੀਤ ਚੁੱਕੀ ਆ, ਮੈਂ ਤੇਰੇ ਕੜੀਆਂ ਪਾਈਆਂ, ਕਿਉਂ ਮਰਾਈ ਮੇਰਾ ਭਾਈ? ਅਗਰ ਮੇਰੇ ਇਖਤਿਆਰਾਂ ਤਸਲੀਮ ਨਹੀਂ ਕਰਦਾ, ਮੈਂ ਤੇਰੇ ਕੋਈ ਇਖਤਿਆਰ ਹੈ? ਆਦਾ ਮੈਂ ਤੇਰੇ ਮੁਲਕ ਦਾ ਬਾਦਸ਼ਾਹ, ਮੈਂ ਜੋ ਚਾਹਾਂ, ਮੇਰੀ ਇਤਨੀਆਂ ਫੌਜਾਂ ਮੈਂ ਕਰ ਸਕਦਾ? ਫਰਮਾਇਆ ਕੁਛ ਨਹੀਂ ਕਰ ਸਕਦਾ, ਜੇ ਕਰ ਸਕਦਾ ਤਾਂ ਰੋਸ਼ਨ ਦਾਨ ਅਲੀ ਹਵਾਲੋ। ਮੈਂ ਕਿੰਨ ਮਨਵਾ ਸਾ ਹਰ ਇੱਕ ਕੋਲ ਜਿਵੇਂ ਮਨਵਾ ਮੈਂ ਦਾ ਹੱਕ ਆਦਾ ਨਹੀਂ ਰੁਕਦੀ। ਫਰਮਾਇਆ ਚਲੋ ਪੁੱਠਾ ਦੇ ਦਲ ਦੀਆਂ ਘੰਟੀਆਂ ਲੋ, ਆਦਾ ਨਹੀਂ ਰੁਕਦੀ। ਫਰਮਾਇਆ ਘੋੜੇ ਸੌਂਪੇ ਮਰੇ ਦਿਨ ਜ਼ਮੀਨ ਦੇ ਸ਼ੋਰੇ ਰੋਕ, ਇਹ ਬੰਦਾ ਕੌਣ ਰੋਕ ਸਕਦਾ? ਫਰਮਾਇਆ ਰੋਕਾ ਮਜਬੂਰ ਸਮਝੀ ਆਈ, ਕਹਿੰਦੇ ਸਮਝੀ ਆਈ। ਸਾਹ ਰੁਕਦੇ ਕਹਿੰਦੇ, ਸਾਹ ਰੁਕੇ ਨਾ ਤੜਕਦੇ, ਕਹਿੰਦੇ ਇਹਦੀ ਤੜਕਦਾ ਪਿਆ ਹੀ ਮਿੰਤਾ। ਬੀਬੀ ਕਹਿਣਾ ਚੱਲਣ ਦੇ ਰੁਕ ਗਈ, ਜੋ ਲਿਖਵਾ ਮੈਂ ਲਿਖਵਾ। ਫਰਮਾਇਆ ਮਨ ਅੱਲਾ ਹੱਕੇ, ਮਨ ਨਬੀ ਹੱਕੇ, ਮੇਰਾ ਨਾਨਾ ਮੁਹੰਮਦ ਹੱਕੇ, ਮੇਰਾ ਬਾਬਾ ਅਲੀ ਹੱਕੇ, ਮੇਰੀ ਮਾਂ ਬਤੂਲ ਸੱਚੀ ਹੈ, ਮੇਰੇ ਹਸਨ ਹੁਸੈਨ ਸੱਚੇ, ਲਿਖ ਮੈਂ ਫਾਤਿਹ ਸ਼ਾਹਾਂ। ਅਗਰ ਲਿਖ ਦੇ ਸਾਤਾ ਆਵਣ ਦੇ, ਮੇਰੇ ਬੰਦੇ ਹੈਰਾਨ ਹੋ ਗਏ। ਇਹ ਸ਼ਾਖੇ ਬੰਦੇ ਇਹਨਾਂ ਦੇ ਨੌਕਰ ਮਦੀਨੇ ਵਾਲੇ ਸਹਿਦ ਦੇ ਅਜ਼ਾਨ ਨਾ ਦੇਵੇ ਤਾਂ ਕਾਇਨਾਤ ਦਾ ਨਿਜ਼ਾਮ ਕਾਇਮ ਹੋਵੇ। ਇਹ ਤਾਂ ਸਭ ਕੁਝ ਖੁਦ ਅੱਲਾ ਦੀ ਮਰਜ਼ੀ ਹੈ, ਇਹ ਅੱਲਾ ਦੇ ਅਮਰ ਹੈ। ਰੁਕ ਗਈ ਕਾਇਨਾਤ, ਉਹਨੇ ਸਾਰਾ ਕੁਝ ਲਿਖ ਦਿੱਤਾ। ਪਹਿਲੇ ਸਾਹ ਲਿਆ ਸਫੀਰ ਦਾ, ਉਹਦਾ ਕਿਹਾ ਯਜ਼ੀਦ ਇਹ ਕੈਨੂੰ ਮਰਾਈ ਜਿਹਦੀ ਭੇਣ ਦੀ ਤੇਰੀ ਤਾਕਤ ਹੈ? ਇਹਦਾ ਤਾਰਫ ਕਰਾ, ਇਹ ਸਰ ਚੁੱਕਾ ਹੈ। ਬੀਬੀ ਫਰਮਾਇ ਇਹਦੀ ਕਿਆ ਜ਼ਰੂਰਤ ਹੈ ਮੇਰਾ ਤਾਰਫ ਕਰਾਵੇ? ਇਹ ਨਿਜਸੇ ਭਲੀ, ਮੈਂ ਆਪਣਾ ਤਾਰਫ ਖੁਦ ਕਰੇ ਸਰ ਕਰੇ ਦੀ, ਇਹਨੂੰ ਆ ਤੁਸੀਂ ਛੁੜੋ। ਬੀਬੀ ਪਰ ਫਰਮਾਇ ਦੇ ਸਾਰੇ ਛੁੜੋ, ਜਦੀਦ ਦੇ ਪਾਸੇ ਇਸ਼ਾਰਾ ਕਰਕੇ ਮਖਦੂਮਾ ਫਰਮਾਇ ਦੇ ਛੁੜ, ਮੈਂ ਕੌਣਾ ਮੈਂ ਹੂੰ ਸੁਲਤਾਨ ਦੀ ਬੇਟੀ ਬੋਲੇ। ਸੁਲਤਾਨ ਕੀ ਬੇਟੀ ਬੋਲੇ, ਮਾਨ ਕੀ ਬੇਟੀ ਤੋਲੇ।
ਇਹ ਜਾਰੇ ਕਸਾਈ ਬੱਕਰੇ ਦੇ ਕੋਲੇ ਥੁਰੀ ਲੁਕ
ਬਾਲੀ ਬੋਲ ਸਮਦੇ ਮੈਂ ਜੇ ਬਾਤ ਸ਼ਰੇ ਤਿਆਰ ਦੇ ਜਾਂਦਾ ਇੱਕ ਤਾਂ ਪਾਣੀ ਪੀਲਾ ਮੈਂ ਪਤਰਾ ਦੇ ਪੀਲਾ ਹੈ ਦੂਸਰਾ ਜਾਨਵਰ ਦੇ ਸਾਹਮਣੇ ਤੁਸੀਂ ਬਾਤ ਨਹੀਂ ਕਰਨਾ ਤੀਸਰਾ ਛੁਰੀ ਬਹੁਤ ਤੇਜ਼ ਹੋਵੇ ਕਰਬਲਾ ਵਾਲੇ ਪਾਸੇ ਬਹੁਤ ਕਰ ਕੇ ਆਦਾ ਹਾਏ ਮੇਰਾ ਗਰੀਬ ਬਾਬਾ ਤੂੰ ਕਸਾ ਬਰੀ ਦਾਰੇ ਖੁੰਡੇ ਖੰਜਰ ਨਾਲ ਜੜੀ ਮੇਰੀ ਦੇਦੀ ਲੇਕਿਨ ਜੀ ਚੰਦ ਤੱਕ ਮਦ ਦੇ ਦੀ ਦੇ ਜ਼ੈਨੁਲ ਆਬਦੀਨ ਸੈਜਦ ਸਾਜਦੀਨ ਮੈਂ ਕਿਆ ਤੈਨ ਸੁਣਾਵਾਂ ਇਹ ਕਿਵੇਂ ਬਣੇ ਖੇਮੇ ਨੂੰ ਭਾ ਲਗੀ ਤਾਂ ਸੈਦੇ ਚਾਹੀਦੇ ਖੈਰ ਤੋਂ ਆ ਗਈ ਖੇਮੇ ਜਲ ਗਏ ਨੀ ਉਹ ਸੈਜਦ ਸਾਜਦੀਨ ਸੈਦੇ ਚ ਸਾਜਾ ਫੁੱਫੀਆਂ ਨੂੰ ਸਭਾਲ ਭੈਣਾਂ ਨੂੰ ਸਭਾਲ ਜ਼ੈਨੁਲ ਆਬਦੀਨ ਇਬਾਦਤ ਕਰਨ ਵਾਲੇ ਦੀ ਜ਼ਿੰਦਗੀ ਕਿਵੇਂ ਇਬਾਦਤ ਕਰਦੇ ਬਾਜ਼ਾਰ ਸ਼ਾਮ ਵਿੱਚ ਤੁਰਦਾ ਹੀ ਹੈ ਪੜਦਾ ਹੀ ਹੈ ਰਕੂ ਵੀ ਕਰਦਾ ਹੀ ਕਈਆ ਵੀ ਕੁਛ ਮੇਰੇ ਕੋਲ ਪਹਾੜ ਲਿਆ ਸੈਦਾ ਕਿਵੇਂ ਕਰਦਾ ਹੀ ਜਦੋਂ ਬੇਜ਼ਾਰਾ ਥੱਕਾ ਦੇਵੇ ਨਾ ਪੇਸ਼ਾਨੀ ਜ਼ਮੀਨ ਤੇ ਲੱਗੇ ਆ ਤੇ ਆਖਿਆ ਸੁਭਾਨ ਰੱਬੀ ਯਾ ਅੱਲਾਹ ਇੱਕ ਦਫਾ ਅਕਸ ਮਾਲਿਕ ਇਸ ਦੇ ਕਾਬੇ ਵਾਲੇ ਪਾਸੇ ਮੂੰਹ ਨਹੀਂ ਕਰਨ ਦਿੰਦੇ ਲੈ ਤੋ ਆ ਦੇ ਤੂੰ ਪੜ ਨਮਾਜ਼ ਉਹ ਜ਼ੈਨੁਲ ਆਬਦੀਨ ਜਿਹਦੇ ਤੇਰਾ ਮੂੰਹ ਸੀ ਤੇਰਾ ਤਵਾਫ ਕਰੇ ਸੀ ਮੇਰਾ ਖਾਬਾ ਅੱਜ ਹੈ ਪੰਜੀ ਮੁਹਰਮ ਕੱਲ ਮੇਰੇ ਇਮਾਮ ਨੂੰ ਜ਼ਹਿਰ ਮਿਲੀ ਹੈ ਜਮੀ ਵਲੀ ਬਿਨ ਅਬਦੁਲ ਮਲਿਕ ਬਿਨ ਮਿਰਵਾਨ ਇਸ ਲਈ ਮੇਰੇ ਇਮਾਮ ਨੂੰ ਜ਼ਹਿਰ ਦਿਵਾਈ ਅੱਛੇ ਕਲਬ ਹੋਰ ਆਖੀ ਬੇਟਾ ਜ਼ਹਿਰ ਜਾ ਗਏ ਇਹ 95 ਹਿਜਰੀ ਹੈ ਇਹ ਲਾਹੌਰ ਦੀ ਮਲਕਾ ਦਰਿਆ ਸਿੰਧ ਦੇ ਮਗਰਬੀ ਕਿਨਾਰੇ ਨਾਲ ਜੁੜਦੀ ਪਈ ਹੈ ਲਾਹੌਰ ਆਵਣ ਵਾਸਤੇ ਇੱਥੇ ਬੀਬੀ ਨੂੰ ਇਤਲਾ ਮਿਲੀ ਸੱਜਾਦ ਨੂੰ ਜ਼ਹਿਰ ਮਿਲੀ ਮਦੀਨੇ ਵਾਲੇ ਮਾਤ ਹੱਥ ਰਾਤ ਕਰ ਕਦੇ ਆਇਆ ਬੜਾ ਸ਼ਕਤੀ ਬੱਚੜਾ ਉਹ ਬਾਜ਼ਾਰਾਂ ਦਾ ਮੁਕਾਇਆ ਬੱਚੜਾ ਉਹ ਦਰਬਾਰਾਂ ਦਾ ਮੁਕਾਇਆ ਬੱਚੜਾ ਹਾਏ ਸ਼ਾਮ ਕਰੇ ਆ ਨਾ ਨੌਕਰ ਪੁੱਛੇ ਨਾ ਕਿਹੜਾ ਦਰਦ ਖਾ ਗਈ ਰਿਵਾਇਤਾਂ ਮੈਂ ਦੋਵੇਂ ਪੜ੍ਹੀਆਂ ਕਦੇ ਨਹੀਂ ਪਤਾ ਨਹੀਂ ਮੇਰੇ ਸਾਹਮਣੇ ਕਿਉਂ ਆ ਗਈ ਹਰ ਜਾਕਰ ਪੜਦਾ ਹੈ ਮੈਂ ਕਦੀ ਨਹੀਂ ਟਿਪੜੀ ਗਈ ਰਿਵਾਇਤ ਦਿਲ ਦੁਖਦਾ ਮੇਰਾ ਸੈਯਦ ਮੀਆਂ ਆਧਾ ਕੇ ਹਾਏ ਸ਼ਾਹ ਹਾਏ
ਆਇਓ ਮੇਰਾ ਗਰੀਬ ਬਾਬਾ, ਆਇਓ ਤੇਰੀ ਪਿਆਰ, ਆਇਓ ਮੇਰਾ ਅਕਬਰ, ਆਇਓ ਮੇਰਾ ਕਾਸਿਮ, ਆਇਓ ਮੇਰਾ ਅਲਮਾਰਾ ਚਾਚਾ, ਆਪਣੇ ਨਿਗਰ ਦੀ ਪਰਵਾਹ ਨਹੀਂ। ਵੈਸੇ ਨਾ
ਜੇ ਉਹ ਤੇਰਾ ਦੁਨੀਆ ਨੂੰ ਤੁਰਨੇ ਖਿਆਲ ਕਰੇ ਉਹਦੀ ਕੰਨ ਤੇ ਹੱਥ ਹੌਲੇ ਲਾ ਲੈ ਉਹਦੀ ਕੰਨ ਬਹੁਤ ਜ਼ਖਮੀ ਹੈ ਤੇ ਇਹ ਖਿਆਲ ਕਰੇ ਇੱਥੇ ਗੱਦੇ ਜਿੱਥੇ ਦੌਗ ਪਾਇਆ ਸੀ ਉੱਥੇ ਵੱਡਾ ਸਾਰਾ ਜ਼ਖਮ ਆਈ ਪਤਾ ਨਹੀਂ ਠੀਕ ਹੋਇਆ ਜਾਂ ਕੋਈ ਨਾ ਉਹ ਭੇੜਾ ਕੋਲ ਲੁਕਾਵੇ ਕਿ ਤਾਂ ਭੇੜਾ ਮਰ ਵੈ ਸਕੇ جنت جنازہ تیار ہے بندہ
ਆਇਆ ਇਮਾਮ ਨੂੰ ਖੂਨ ਦੀ ਉਲਟੀ ਆਈ ਹੈ ਸਾਦੇ ਦੀਆ ਪੁੱਤਰ ਮੌਜੂਦ ਹੈ ਦੀਆ ਨੇ ਥਾਲੇ ਤਜ ਦੇ ਜਿਗਰ ਦੇ ਟੁਕੜੇ ਜਲੇ ਅੱਛਾ ਦੇ ਨੂੰ ਜ਼ਹਿਰ ਮਿਲੇ ਉਹਨੂੰ ਦੋ ਚੀਜ਼ਾਂ ਦੀ ਜ਼ਰੂਰਤ ਹੁੰਦੀ ਇੱਕ ਤਰਪਣ ਵਾਸਤੇ ਖੁੱਲੀ ਜਗ੍ਹਾ ਜ਼ਹਿਰ ਮਿਲੇ ਉਹ ਚਾਹੁੰਦੇ ਮੈਂ ਪਾਣੀ ਠੰਡਾ ਪੀਂਦੀ ਜਾਵਾਂ ਮੈਂ ਠੰਡਾ ਪਾਣੀ ਪੀਵਾਂ ਉਹਨੂੰ ਖੂਨ ਦੀ ਉਲਟੀ ਆਈ ਹੈ ਤੜਪਦੇ ਇਹ ਇਮਾਮ ਦੇ ਮੂੰਹ ਚ ਨਿਕਲਿਆ ਪਾਣੀ ਯਾਰਾ ਪੁੱਤਰ ਜਾਮ ਭਰ ਕੇ ਹੈ ਇੱਕ ਜਾਮ ਹੱਥ ਆਏ ਠੰਡਕ ਮਹਿਸੂਸ ਹੋਈ ਹੈ ਬਾਬਾ ਇਸ ਵਕਤ
क्या नजर आए रोक के थोड़े दिन बाद